नमस्कार दोस्तों, फाइव रिवर न्यूज देख रहे सारे दर्शकों का स्वागत है। ट्रांसफार्म लगी भयानक अग, ट्रांसफार्म के हेठां लगे सब्जी वाले तीन अड्डे हुए सड़के सवा। भिखी पिंड मेन चौंक में लगे बिजली के ट्रांसफार्म लगी भयानक अग, ट्रांसफार्म के हेठां लगे सब्जी वाले तीन अड्डे हुए सड़के सवा। भयानक अग से काबू पाने मेन चौंक में ड्यूटी से तैनात पुलिस मुलाजमान वालों रेता और पानी दी बाल्टियां नाल अग ते काबू पाया गया। फायर ब्रिगेड की गड्डी पट्टी तो फोन करके मंगवाई गई। उधर दुकानदारों नाल गलबात करदे उन्होंने दस्सिया कि तकरीबन 4 लाख तो वादा नुकसान हो गया है। दोस्तों ऐसे दे नाल ही भिखी पिंड तो विशेष रिपोर्ट विक्की मेहता की। जेकर दोस्तों तुम साडे चैनल ते नवे तो साडे चैनल हुणे सबसक्राइब कर लो, तो फेसबुक पेज नूं फॉलो लाइक जरूर करियो। घरे गए सानू कोई पता नहीं फोन गया तो भाई अग लगी है, अहीं आया तो आउंदा सारा ही नुकसान ही होया। ਭਾਈ ਸ਼ਰਾਰਤ ਕਿਸੇ ਕੀਤੀ ਹੈ ਬਈ ਕੀ ਤਾਂ ਸਫਾਰ ਕਿਤੇ ਹੋਈ ਕੋਈ ਨਹੀਂ, ਮਾੜੀ ਸਫਾਰ ਕੋਈ ਇਹਨੂੰ ਸਫਾਰ ਲੱਗੀ ਹੁੰਦੀ ਨਹੀਂ ਸੀ, ਕੋਈ ਗੱਲਬਾਤ ਨਹੀਂ ਇਹਨਾਂ ਵਿੱਚ ਹੈਗੇ ਵੀ ਸਾਰਾ ਮਤਲਬ ਪਿੱਛੇ ਅਸੀਂ ਤਾਂ ਲਾਗੇ ਆਪਣਾ ਪਾਸ ਹੈਗੇ ਨਹੀਂ ਹੈ। ਨਹੀਂ ਤੁਹਾਨੂੰ ਇਸ ਚੀਜ਼ ਦਾ ਸ਼ੱਕ ਹੈ ਕਿਸੇ ਦੇ ਉੱਪਰ? ਕੋਈ ਸਾਨੂੰ ਸ਼ੱਕ ਹੈ ਵੀ ਹੁਣ ਕੀ ਕਹੇ ਕਿ ਵੀ ਸ਼ਰਾਰਤ ਕੀਤੀ ਗਈ ਹੋ, ਸਾਨੂੰ ਸ਼ੱਕ ਪਰ ਵੀ ਇਹਨੂੰ ਸ਼ਰਾਰਤ ਹੋਈ ਹੈ ਜਾਂ ਇਹਦੀ ਅੱਗ ਕਦੇ ਅੱਗੇ ਵੀ ਨਹੀਂ ਲੱਗੀ, ਕਦੇ ਅੱਗੇ ਸਾਰਾ ਇੰਨਾ ਜਗ੍ਹਾ ਸਾਨੂੰ ਬੈਠਣ ਕੋਈ ਗੱਲ ਨਹੀਂ। ਕੀ ਮੰਗ ਕਰਦੇ ਪ੍ਰਸ਼ਾਸਨ? ਅਸੀਂ ਮੰਗਦੇ ਕਰਦੇ ਸਾਡੀ ਮਦਦ ਕੀਤੀ ਜਾਵੇ, ਅਸੀਂ ਤਾਂ ਅੱਗੇ ਲੰਘੇ ਪਏ ਹਾਂ, ਸਾਡਾ ਅੱਗੇ ਨੁਕਸਾਨ ਬਹੁਤ ਜ਼ਿਆਦਾ ਆਇਆ ਨਾ, ਸਾਡਾ ਅੱਗੇ ਵੀ ਲੋਕਡਾਊਨ 'ਚ ਬਹੁਤ ਨੁਕਸਾਨ ਆਇਆ, ਹੁਣ ਗਾਂ ਬੇਘਰ ਨੁਕਸਾਨ ਹੋ ਰਿਹਾ, ਬੈਠੇ ਬੈਠੇ ਰਮਾਨ ਨਾਲ ਗੁਜ਼ਾਰਾ ਕਰਦੇ, ਰੋਟੀ ਪਾਣੀ ਬਣਦਾ ਸਾਡਾ। ਭਾਈ ਅੱਗ ਲੱਗਣ ਤੋਂ ਮਤਲਬ ਕੀ ਕਾਰਨ ਹੈ, ਮਤਲਬ ਕੀ ਜਿਹੜਾ ਸਰਕਟ ਸਾੜ ਆ ਜਾਂ ਕਿਹਦੇ ਮਤਲਬ ਕੀ ਤੁਹਾਨੂੰ ਸ਼ੱਕ ਵਗੈਰਾ ਹੈਗਾ ਜੀ? ਇਹ ਸਰਕਟ ਇੰਨਾ ਸਰਕਟ ਹੋ ਹੀ ਨਹੀਂ ਸਕਦਾ ਜਿੰਨਾ ਸਰਕਟ ਇੱਕ ਹੋ ਗਿਆ। ਲਗਭਗ ਕਿੰਨਾ ਨੁਕਸਾਨ ਤੁਹਾਡਾ ਜਿਹੜਾ ਤਕਰੀਬਨ ਹੋ ਗਿਆ? ਨੁਕਸਾਨ ਸਾਡਾ 4-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਹੈਲੋ